ਕਹਿਣ ਨੂੰ ਰਹਿੰਦਾ ਵੀ ਹੈ। ਪਹਿਲੀ ਗੱਲ ਤੇ ਸ਼੍ਰੋਮਣੀ ਕਮੇਟੀ ਚੁਣੀ ਹੋਈ ਕਮੇਟੀ ਨਹੀਂ ਹੈ, ਇਹ ਚੁੰਬੜੀ ਹੋਈ ਕਮੇਟੀ ਹੈ ਜਿਹੜੀ ਇਹ ਸਾਨੂੰ ਚੁੰਬੜ ਗਏ ਨੇ ਲੋਕ। ਇਹ ਤਾਂ ਆਪ ਹੀ ਸਿਧਾਂਤ ਤੋਂ ਹੀਣੇ ਆ, ਕਿਉਂਕਿ 2011 ਤੋਂ ਸਾਡੇ ਗਲ ਪਏ ਹੋਏ ਹਜੇ ਤੱਕ ਲੈਂਦੇ ਹੀ ਨਹੀਂ। ਦਰਬਾਰ ਸਾਹਿਬ ਦੇ ਅੰਦਰ ਕਰਮ ਕਰ ਰਿਹਾ ਸੀ, ਮਾੜੇ ਕੰਮ ਕਰ ਰਿਹਾ ਸੀ। ਜੇ ਸੁੱਖਾ ਸਿੰਘ ਮਹਤਾਬ ਸੀਗੇ ਸੋਚਦੇ ਕਿ ਇੱਥੇ ਇਹਦਾ ਖੂਨ ਡੁੱਲ ਜਾਣਾ, ਇੱਥੇ ਬੇਅਦਬੀ ਹੋ ਜਾਣੀ, ਇੱਥੇ ਇਹ ਹੋਣਾ, ਤੇ ਉਹ ਉਸ ਬੱਸੇ ਰੰਗ ਦਾ ਸਿਰ ਦੀ ਸੀ ਬਣ ਸਕਦੇ, ਨਾ ਹੀ ਇਹ ਇਤਿਹਾਸ ਬਣਨਾ ਸੀ। ਬਾਦਲ ਨੂੰ ਹੀ, ਸੁਖਬੀਰ ਬਾਦਲ ਨੂੰ ਹੀ ਆਪਣਾ ਜਿਹੜਾ ਗੁਰੂ ਆ ਉਹ ਮੰਨ ਲਿਆ ਹੋਇਆ ਹੈ। ਦੂਜੇ ਪਾਸੇ ਭਾਈ ਨਰਾਇਣ ਸਿੰਘ ਚੌੜਾ, ਜਿਨ੍ਹਾਂ ਨੇ ਸਾਰੀ ਉਮਰ ਸਿੱਖੀ ਅਤੇ ਸਿੱਖ ਸੰਘਰਸ਼ ਦੇ ਲੇਖੇ ਲਾ ਦਿੱਤੀ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਅਲੰਬੇ ਸੰਘਰਸ਼ ਦੇ ਉੱਤੇ ਪਹਿਰਾ ਵੀ ਦਿੱਤਾ, ਖਾੜਕੂ ਕਾਰਨਾਮੇ ਵੀ ਕੀਤੇ, ਜੇਲ੍ਹਾਂ ਵੀ ਕੱਟੀਆਂ, ਤਸ਼ੱਦਦ ਵੀ ਝੱਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਰਣਜੀਤ ਸਿੰਘ, ਵਿਦਿਆਰਥੀ ਦਮਦਮੀ ਟਕਸਾਲ, ਮੁੱਖ ਸੇਵਾਦਾਰ ਸਿੱਖ ਯੂਥ ਫੈਡਰੇਸ਼ਨ ਭਿੰਡਰਾਂ ਵਾਲਾ ਤੋਂ। ਜੋ ਸ਼੍ਰੋਮਣੀ ਕਮੇਟੀ ਦੀ ਅੰਤਰੰਗ ਕਮੇਟੀ ਨੇ ਜਥੇਦਾਰਾਂ ਤੋਂ ਇਹ ਮੰਗ ਕੀਤੀ ਹੈ ਕਿ ਭਾਈ ਨਰਾਇਣ ਸਿੰਘ ਚੌੜਾ ਨੂੰ ਖਾਲਸਾ ਪੰਥ ਦੇ ਵਿੱਚੋਂ ਛੇਕਿਆ ਜਾਵੇ। ਸੋ ਇਹ ਜੋ ਸਿਆਸੀ ਦਖਲ ਅੰਦਾਜ਼ੀ ਸ਼੍ਰੋਮਣੀ ਕਮੇਟੀ ਵੱਲੋਂ ਦੁਬਾਰਾ ਫਿਰ ਜਥੇਦਾਰਾਂ ਦੇ ਉੱਤੇ ਕੀਤੀ ਜਾ ਰਹੀ ਹੈ। ਸੋ ਜਥੇਦਾਰਾਂ ਨੇ ਪਹਿਲਾਂ ਵੀ ਇਸ ਤਰ੍ਹਾਂ ਬਾਦਲ ਦਲ, ਬਾਦਲ ਪਰਿਵਾਰ ਅਤੇ ਸ਼੍ਰੋਮਣੀ ਕਮੇਟੀ ਦੀ ਦਖਲ ਅੰਦਾਜ਼ੀ ਅਤੇ ਉਹਨਾਂ ਦੇ ਅਧੀਨ ਹੋ ਕੇ ਕੁਝ ਪੰਥ ਵਿਰੋਧੀ ਫੈਸਲੇ ਕੀਤੇ ਸੀ ਜਿਹੜੇ ਪਹਿਲਾਂ ਵੀ ਨਹੀਂ ਪੰਥ ਨੇ ਮੰਨੇ। ਅਤੇ ਜੇਕਰ ਭਾਈ ਨਰਾਇਣ ਸਿੰਘ ਚੌੜਾ ਨੂੰ ਪੰਥ ਦੇ ਵਿੱਚੋਂ ਛੇਕਿਆ ਜਾਂਦਾ ਆ ਤਾਂ ਜਥੇਦਾਰਾਂ ਦੇ ਇਸ ਫੈਸਲੇ ਨੂੰ ਖਾਲਸਾ ਪੰਥ ਬਿਲਕੁਲ ਵੀ ਨਹੀਂ ਮੰਨੇਗਾ। ਅਤੇ ਜੋ ਹਾਲ ਗਿਆਨੀ ਗੁਰਬਚਨ ਸਿੰਘ ਦਾ ਅਤੇ ਗਿਆਨੀ ਅਰੂੜ ਸਿੰਘ ਦਾ ਸਿੱਖ ਇਤਿਹਾਸ ਦੇ ਵਿੱਚ ਹੋਇਆ, ਉਹੀ ਫਿਰ ਗਿਆਨੀ ਰਘਵੀਰ ਸਿੰਘ ਦਾ ਜਿਹੜਾ ਹੋਵੇਗਾ। ਜੇ ਛੇਕਣਾ ਹੀ ਆ ਤਾਂ ਸੁਖਬੀਰ ਸਿੰਘ ਬਾਦਲ ਨੂੰ, ਗਿਆਨੀ ਗੁਰਮੁਖ ਸਿੰਘ ਨੂੰ, ਗਿਆਨੀ ਗੁਰਬਚਨ ਸਿੰਘ ਨੂੰ ਪੰਥ ਦੇ ਵਿੱਚੋਂ ਛੇਕੋ। ਸੁਖਬੀਰ ਸਿੰਘ ਬਾਦਲ ਜਿਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਇਆ, ਅਨੇਕਾਂ ਸਿੰਘਾਂ ਨੂੰ ਜਿਹੜਾ ਸ਼ਹੀਦ ਆ ਉਹ ਕੀਤਾ, ਅਤੇ ਬੁੱਚੜ ਪੁਲਿਸ ਅਫਸਰਾਂ ਨੂੰ ਤਰੱਕੀਆਂ ਦਿੱਤੀਆਂ, ਅਤੇ ਹੋਰ ਵੀ ਪੰਥ ਅਤੇ ਪੰਜਾਬ ਦਾ ਜਿਹੜਾ ਘਾਣ ਆ ਉਹ ਕੀਤਾ। ਉਹਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ 2 ਦਸੰਬਰ ਵਾਲੇ ਦਿਨ ਜਿਹੜਾ ਆ ਉਹ ਛੇਕਿਆ ਜਾਣਾ ਚਾਹੀਦਾ ਸੀ, ਪਰ ਜਦੋਂ ਉਹ ਫੈਸਲਾ ਹੋਇਆ ਧਾਰਮਿਕ ਅਦਾਲਤ ਤੋਂ ਵੀ ਉਹਨੂੰ ਉਹੋ ਜਿਹੀ ਜਿਹੜੀ ਸਜ਼ਾ ਆ ਨਹੀਂ ਦਿੱਤੀ ਗਈ, ਮਾਮੂਲੀ ਤਨਖਾਹ ਲਗਾ ਕੇ ਉਹਨੂੰ ਬਰੀ ਕਰਨ ਦਾ ਜਿਹੜਾ ਯਤਨ ਆ ਉਹ ਕੀਤਾ ਗਿਆ, ਅਤੇ ਫਿਰ ਖਾਲਸਾ ਪੰਥ ਦੇ ਵਿੱਚ ਜਿਹੜਾ ਰੋਹ ਸੀ ਉਹ ਭਾਈ ਨਰਾਇਣ ਸਿੰਘ ਚੌੜਾ ਦੇ ਕਾਰਨਾਮੇ ਦੇ ਨਾਲ ਜਿਹੜਾ ਆ ਉਹ ਪ੍ਰਗਟ ਹੋਇਆ। ਸ਼੍ਰੋਮਣੀ ਅਕਾਲੀ ਦਲ ਦਾ ਵਜੂਦ ਜੋ ਪੰਜਾਬ ਵਿੱਚ ਖਤਮ ਹੁੰਦਾ ਜਾ ਰਿਹਾ, ਅਤੇ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜੀ ਹੁਣ ਇਹ ਘਟਨਾਕ੍ਰਮ ਹੋਇਆ ਉਸ ਤੋਂ ਬਾਅਦ ਜਿਹੜੀਆਂ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਨੇ ਜਾਂ ਸਿੱਖ ਨੇ, ਸਿੱਖ ਕੌਮ ਹੈ, ਇਹ ਕਿਵੇਂ ਦੇਖੀ? ਦੇਖੋ, ਬਾਦਲਾਂ ਵਾਲਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਇਹ ਉਹ ਅਕਾਲੀ ਦਲ ਨਹੀਂ ਰਿਹਾ ਜਿਹੜਾ ਪੰਥ ਵਸਿਆ ਮੈਂ ਉਜੜਾਂ ਸਿਧਾਂਤ ਦਾ ਧਾਰਨੀ ਸੀ। ਇਹ ਤਾਂ ਕਹਿੰਦੇ ਆ ਕਿ ਸਾਡੀ ਸਿਆਸਤ ਚਮਕਣੀ ਚਾਹੀਦੀ ਆ, ਪੰਥ ਭਾਵੇਂ ਢੱਠੇ ਖੂਹ ਦੇ ਵਿੱਚ ਰਹੇ। ਬਾਦਲ ਕਿਆਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ 1994 ਦੇ ਵਿੱਚ ਮੋਗੇ ਵਿੱਚ ਕਾਨਫਰੰਸ ਕਰਕੇ ਇੱਕ ਪੰਜਾਬੀ ਦਲ, ਪੰਜਾਬੀ ਪਾਰਟੀ ਬਣਾ ਦਿੱਤਾ ਸੀ। ਪੰਜਾਬੀ ਪਾਰਟੀ ਤੋਂ ਇਹ ਬਾਦਲ ਦਲ ਬਣਿਆ, ਅਤੇ 2015 ਦੇ ਵਿੱਚ ਇਹ ਇੱਕ ਬੇਅਦਬੀ ਦਲ ਬਣ ਚੁੱਕਾ ਹੋਇਆ ਆ ਜਿਹਨੂੰ ਹੁਣ ਪੰਥ ਅਤੇ ਪੰਜਾਬ ਦੇ ਲੋਕ ਜਿਹੜਾ ਆ ਉਹ ਪ੍ਰਵਾਨ ਨਹੀਂ ਕਰਦੇ। ਅਤੇ 2017 ਦੇ ਵਿੱਚ, 2019 ਵਿੱਚ, 22 ਦੇ ਵਿੱਚ ਅਤੇ 24 ਦੇ ਵਿੱਚ ਜੋ ਬਾਦਲ ਕਿਆਂ ਦਾ ਜਿਹੜਾ ਹਾਲ ਹੋਇਆ ਉਹੀ ਇਹਨਾਂ ਦਾ ਜਿਹੜਾ ਆ ਉਹ ਅਗਾਂਹ ਹਾਲ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਮਨਜੀਤ ਸਿੰਘ, ਆਵਾਜ਼ੇ ਕੌਮ ਜਥੇਬੰਦੀ ਤੋਂ ਮੁੱਖ ਸੇਵਾਦਾਰ। ਜਿਹੜੀ ਅੱਜ ਦੀ ਇਹ ਪ੍ਰੈਸ ਕਾਨਫਰੰਸ ਆ, ਜਿਹੜਾ ਕੱਲ੍ਹ ਬੀਤੇ ਦਿਨ
ਹਰਜਿੰਦਰ ਸਿੰਘ ਧਾਮੀ ਔਰ ਉਹਨਾਂ ਦੇ ਸਾਥੀਆਂ ਵੱਲੋਂ ਅਕਾਲ ਤਖ਼ਤ ਸਾਹਿਬ 'ਤੇ ਲਿਖਤੀ ਰੂਪ 'ਚ ਕਿਹਾ ਗਿਆ ਕਿ ਨਰੈਣ ਸਿੰਘ ਚੌੜੇ ਨੂੰ ਪੰਥ 'ਚੋਂ ਛੇਕਿਆ ਜਾਵੇ ਉਹਦੇ ਵਿਰੋਧ ਦੇ ਵਿੱਚ, ਔਰ ਜਿਹੜੀਆਂ ਸੁਖਬੀਰ ਬਾਦਲ ਅਤੇ ਪੂਰੇ ਬਾਦਲ ਦਲ ਦੀਆਂ ਜਿਹੜੀਆਂ ਉਹਨਾਂ ਦੀਆਂ ਪਿਛਲੀਆਂ ਕਾਰਗੁਜ਼ਾਰੀਆਂ ਜਿਹੜੀਆਂ ਪੰਥ ਦੇ ਖਿਲਾਫ਼ ਰਹੀਆਂ ਉਹਨਾਂ ਦੇ ਬਾਬਤ ਸਾਰੀ ਕਾਨਫਰੰਸ ਕੀਤੀ ਗਈ ਸੀ। ਮੁੱਖ ਮੁੱਦਾ ਇਹ ਹੈ ਜੀ ਕਿ ਜਿਹੜਾ ਜਥੇਦਾਰਾਂ ਦਾ ਰੋਲ ਆ ਉਹ ਸਾਨੂੰ ਲੱਗਦਾ ਕਿ ਉਹ ਇਸ ਸਥਾਨ ਦੇ ਲਈ, ਖਾਸ ਕਰਕੇ ਹਰਜਿੰਦਰ ਸਿੰਘ ਧਾਮੀ, ਉਹ ਜਥੇਦਾਰੀ ਦੇ ਕਾਬਿਲ ਕਿਰਦਾਰ ਨਹੀਂ ਹੈ, ਕਿਉਂਕਿ ਇੱਕ ਲੰਮੇ ਅਰਸੇ ਤੋਂ ਜਦੋਂ ਉਹਨਾਂ ਦੇ ਹੱਥ ਦੇ ਵਿੱਚ ਵਾਗਡੋਰ ਆਈ ਆ, ਉਹਨਾਂ ਨੇ ਐਸੇ ਐਸੇ ਫੈਸਲੇ ਲਏ ਆ ਜਿਹੜੇ ਇਸ ਰੁਤਬੇ ਨੂੰ ਢਾਲ ਲਾਉਂਦੇ ਆ ਅਤੇ ਉਹਦੀ ਮਾਣ ਮਰਿਆਦਾ ਨੂੰ ਘਟਾਉਂਦੇ ਆ। ਉਹ ਨਿਰਾ ਪੂਰਾ ਨੰਗੇ ਚਿੱਟੇ ਰੂਪ ਦੇ ਵਿੱਚ ਅਕਾਲੀ ਦਲ ਦੇ ਲਈ ਇੱਕ ਵਰਕਰ ਦੀ ਤਰ੍ਹਾਂ ਕੰਮ ਕਰ ਰਹੇ, ਅਕਾਲੀ ਦਲ ਦੇ ਲਈ ਉਹ ਸੇਵਾਵਾਂ ਕਰ ਰਹੇ ਆ। ਉਹਨਾਂ ਦੇ ਕਿਸੇ ਫੈਸਲੇ ਦੇ ਵਿੱਚ ਇੰਝ ਨਹੀਂ ਪ੍ਰਤੀਤ ਹੁੰਦਾ ਕਿ ਉਹ ਸ਼ਖਸੀਅਤ ਪੰਥ ਨੂੰ ਲੀਡ ਦੇ ਰਹੀ। ਤੁਸੀਂ ਕਹਿੰਦੇ ਵੀ ਜਿਹੜਾ ਫੈਸਲਾ ਹੈਗਾ ਸੁਖਬੀਰ ਬਾਦਲ ਦਾ ਦੇ ਰਿਹਾ ਕਿ ਉਹ ਆਪਣਾ ਦੇ ਰਿਹਾ? ਸਾਨੂੰ ਲੱਗਦਾ ਕਿ ਉਹ ਸਾਰੇ ਬਾਦਲਾਂ ਦੇ ਪ੍ਰਭਾਵ ਹੇਠ ਕੀਤੇ ਜਾ ਰਹੇ ਹੈਗੇ, ਅਤੇ ਕਿਉਂਕਿ ਭਾਈ ਨਰੈਣ ਸਿੰਘ ਚੌੜਾ ਇੱਕ ਪੰਥਕ ਸ਼ਖਸੀਅਤ ਆ, ਉਹਨਾਂ ਨੇ ਪੰਥ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਿਆਂ ਹੋਇਆਂ ਆਪਣੀ ਭਾਵਨਾ ਨੂੰ ਰੀਪ੍ਰਜੈਂਟ ਕੀਤਾ ਹੈਗਾ। ਉਹਦੇ 'ਤੇ ਅਗਰ ਕੋਈ ਕਿੰਤੂ ਪ੍ਰੰਤੂ ਜਾਂ ਕੁਛ ਹੁੰਦਾ ਆ ਤਾਂ ਸਾਨੂੰ ਲੱਗਦਾ ਕਿ ਉਹਦੇ 'ਤੇ ਇਹ ਨਹੀਂ ਬਣਦਾ ਕਿ ਤੁਸੀਂ ਉਹਨਾਂ ਨੂੰ ਪੰਥ 'ਚੋਂ ਛੇਕ ਦਿਓ। ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰਕੇ ਉਹਨਾਂ ਨੂੰ ਸਵਾਲ ਜਵਾਬ ਕੀਤੇ ਜਾ ਸਕਦੇ, ਉਹਨਾਂ ਦੇ ਬਿਆਨ ਲਏ ਜਾ ਸਕਦੇ, ਇੱਕ ਲੰਮੇ ਪ੍ਰੋਸੈਸ ਦੇ ਵਿੱਚੋਂ ਫੈਸਲੇ ਜਿਹੜੇ ਲਏ ਜਾਣੇ ਚਾਹੀਦੇ। ਜੇ ਅਕਾਲ ਤਖ਼ਤ ਕੋਈ ਸਖ਼ਤ ਕਾਰਵਾਈ ਕਰਦਾ ਹੈਗਾ ਦੇਖੋ, ਜੇ ਤਾਂ ਫੈਸਲਾ ਜਿਵੇਂ ਹੁਣ ਪੰਥਕ ਜਿਹੜੀਆਂ ਭਾਵਨਾਵਾਂ ਉਹਨਾਂ ਦੇ ਖਿਲਾਫ਼ ਬਾਦਲਾਂ ਲਈ ਕੀਤੇ ਆ, ਜੇ ਜਥੇਦਾਰ ਅੱਗੇ ਵੀ ਆਪ ਦਾ ਰੋਲ ਬਾਦਲਾਂ ਨੂੰ ਖੁਸ਼ ਕਰਨ ਦੇ ਲਈ ਕਰਨਗੇ ਅਤੇ ਉਹ ਪੰਥ ਦੀਆਂ ਭਾਵਨਾਵਾਂ ਤਰਜਮਾਨੀ ਨਹੀਂ ਕਰਨਗੇ ਅਤੇ ਇਹ ਸੁੱਤੇ ਸਿੱਧਿਆ ਕਿ ਪੰਥ ਜਿਹੜਾ ਆ ਸੁੱਤਾ ਨਹੀਂ ਆ, ਪੰਥ ਜਾਗਦਾ ਆ, ਇਹ ਨਰੈਣ ਸਿੰਘ ਚੌੜੇ ਦਾ ਐਕਸ਼ਨ ਵੀ ਇਸੇ ਚੀਜ਼ ਨੂੰ ਰੀਪ੍ਰਜੈਂਟ ਕਰਦਾ ਕਿ ਹਜੇ ਪੰਥ ਦੀਆਂ ਰਗਾਂ ਦੇ ਅੰਦਰ ਲਹੂ ਠੰਡਾ ਨਹੀਂ ਪਿਆ, ਗਰਮ ਆ। ਉਹ ਆਪਦੀ 72 ਸਾਲ ਦੀ ਉਮਰ ਦੇ ਵਿੱਚ ਵੀ ਪੰਥ ਦੀਆਂ ਭਾਵਨਾਵਾਂ ਨੂੰ ਲੋਕਾਂ ਦੇ ਅੱਗੇ, ਦੁਨੀਆਂ ਦੇ ਅੱਗੇ ਰੱਖ ਰਹੇ।